जी की फतेह। वाहे गुरु सब जगत दे नानक याद मते जे को काल कर अंदर धर्म साल होवे कीर्तन सदा वसोआ बाप तेरे चार चक नौ खंड पृथ्वी सचार डोआ गुरमुख कल विच प्रगट होआ गुरमुख कल विच प्रगट होआ मिट्टी तोंद जग चानन होआ सतगुर नानक प्रगटिया वाहे गुरु।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਹਾਡੇ ਸਾਹਮਣੇ ਵਿਰਲੀਨ ਕੌਰ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਜਗ ਤਾਰਿਆ, ਮੈਨੂੰ ਵਿਤੂ ਤਰ ਗੁਰੂ ਆਪੇ ਪਿਆਰਿਆ। ਮੱਝੀ ਆਂਡਾ ਠੇਰੂ ਬਾਬਾ ਆਪ ਜੰਮਿਆ, ਧੰਨ ਮਾਤਾ ਤ੍ਰਿਪਤਾ ਜੀ ਨੇ ਲਾਲ ਜਨਿਆ। ਬਾਲਕਾਂ ਨੂੰ ਨਾਲ ਲੈ ਕੇ ਖੇਡੇ ਜਾਵਾਂਦੇ, ਉੱਥੇ ਵਾਹਿਗੁਰੂ ਵਾਹਿਗੁਰੂ ਭੇਜ ਪਾਉਂਦੇ। ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਏ, ਵਾਹਿਗੁਰੂ ਜਪੀਏ ਕਦੇ ਵੀ ਨਾ ਥੱਕੀਏ। ਵਾਹਿਗੁਰੂ 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 ਜੀ, ਸਤਨਾਮ 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 ਜੀ। ਵਾਹਿਗੁਰੂ 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 ਜੀ, ਸਤਨਾਮ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਹਾਡੇ ਸਾਹਮਣੇ ਮਸਕੀਨ ਕੌਰ ਤੇ ਗੁਰਮਨ ਕੌਰ ਮੇਰੇ ਲਾਲਨ ਕੀ ਸੋਭਾ ਸ਼ਬਦ ਪੜਨਗੇ, ਤੇ ਨਾਲ ਹਰਮੇਹਰ ਸਿੰਘ ਹਰਕੀਰਤ ਸਿੰਘ ਤਬਲੇ ਦੀ ਸੇਵਾ ਸੰਭਾਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤਵੀਸ਼ਾ ਤੇ ਨਤੰਨਿਆ ਜਪ ਮਨ ਸਤਨਾਮ ਸ਼ਬਦ ਪੜਨਗੇ, ਨਾਲ ਨੀਲ ਅਤੇ ਹਰਕੀਰਤ ਸਿੰਘ ਤਬਲੇ ਦੀ ਸੇਵਾ ਸੰਭਾਲਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ
ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤਰਨਜੀਤ ਸਿੰਘ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ, ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ, ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ, ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ, ਤੂੰ ਜੇਲਾ ਵਿੱਚ ਜਾ ਕੇ ਦੁਖੀਆਂ ਦਾ ਦੁੱਖ ਨਿਵਾਰਿਆ, ਤੂੰ ਕਰਮ ਕਮਾਇਆ ਐਸਾ ਡੁਬਿਆ ਨੂੰ ਤਾਰਿਆ, ਉਹ ਆਖੜ ਬੰਨੀ ਦਾਤਾ ਬਾਬਰ ਸਰਕਾਰ ਦੀ, ਉਹ ਆਖੜ ਬੰਨੀ ਦਾਤਾ ਬਾਬਰ ਸਰਕਾਰ ਦੀ, ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ, ਪਰਵਤ ਨੂੰ ਪੰਜਾ ਲਾ ਕੇ ਡਿੱਗਦਾ ਅਟਕਾ ਲਿਆ, ਪਰਵਤ ਨੂੰ ਪੰਜਾ ਲਾ ਕੇ ਡਿੱਗਦਾ ਅਟਕਾ ਲਿਆ, ਵੱਲੀਆਂ ਦੇ ਵੱਲ ਛਲ ਕਰਕੇ ਤੂੰ ਰਾਹੇ ਪਾ ਲਿਆ, ਤੇਰੀ ਬਾਣੀ ਵਿੱਚ ਬਾਬਾ ਹਰ ਗੱਲ ਵਿਚਾਰ ਦੀ, ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ, ਉਹ ਪੰਜਾਂ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਤੇਰੀ ਦੀਦ ਖਾਤਿਰ ਬਾਬਾ ਉਹ ਅੱਖੀਆਂ ਮਜਬੂਰ ਨੇ, ਸਾਰੀ ਦੀ ਸਾਰੀ ਸੰਗਤ ਤੈਨੂੰ ਵਾਜਾ ਮਾਰਦੀ, ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ, ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦਿਵਲੀਨ ਕੌਰ ਅਤੇ ਜਸਕਰਨ ਸਿੰਘ ਸੁਣ ਸੁਣ ਸਾਜਨ ਮਨਮਿਤ ਪਿਆਰੇ ਜੀ ਉਹ ਸ਼ਬਦ ਪੜਨਗੇ, ਤੇ ਨਾਲ ਹਰਕੀਰਤ ਸਿੰਘ ਤੇ ਨੀਲ ਤਬਲੇ ਦੀ ਸੇਵਾ ਸੰਭਾਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, 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 ਪਿਆਰੇ ਜੀਓ ਪਿਆਰੇ ਜੀਓ ਪਿਆਰੇ ਜੀਓ ਪਿਆਰੇ, ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਮਨ ਤਨ ਤੇਰਾ ਇਹ ਜੀਓ ਪਿਵਾਰੇ ਜੀਓ, ਮਨ ਤਨ ਤੇਰਾ ਇਹ ਜੀਓ ਪਿਵਾਰੇ ਜੀਓ, ਵਿਸਰ ਨਾਹੀਂ ਪ੍ਰਭ ਪ੍ਰਾਣ ਅਧਾਰੇ ਜੀਓ, ਵਿਸਰ ਨਾਹੀਂ ਪ੍ਰਭ ਪ੍ਰਾਣ ਅਧਾਰੇ ਜੀਓ, ਸਦਾ ਤੇਰੀ ਸਰਨਾਈ ਜੀਓ, ਸਦਾ ਤੇਰੀ ਸਰਨਾਈ ਜੀਓ, ਪਿਆਰੇ ਜੀਓ ਪਿਆਰੇ ਜੀਓ ਪਿਆਰੇ ਜੀਓ ਪਿਆਰੇ ਜੀਓ, ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਜਿਸ ਮਿਲਿਆ ਮਨ ਜੀਵੈ ਪਾਈ ਜੀਓ, ਜਿਸ ਮਿਲਿਆ ਮਨ ਜੀਵੈ ਪਾਈ ਜੀਓ, ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ, ਗੁਰ ਪ੍ਰਸਾਦੀ ਹਰ ਹਰ ਪਾਈ ਜੀਓ, ਸਭ ਕਿਛ ਪ੍ਰਭ ਕਾ ਪ੍ਰਭ ਕੀਆ
सब किछ प्रभ का प्रभ किया जाय जियो प्रभ को सद बल जाई जियो प्रभ को सद बल जाई जियो प्यारे जियो प्यारे जियो प्यारे जियो प्यारे जियो एहो निधान जपे वट पागी जियो एहो निधान जपे वट पागी जियो नाम निरंजन जियो गोर पूरा पाया सब दुख मिटाया 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 जियो आठ पहर गुण गाया जियो आठ पहर गुण गाया जियो प्यारे जियो प्यारे जियो प्यारे जियो प्यारे जियो सुन सुन साजन मन मित प्यारे जियो सुन सुन साजन मन मित प्यारे जियो सुन सुन साजन पदारथ हर नाम तुम्हारा जियो रतन पदारथ हर नाम तुम्हारा जियो तू सच्चा साहो भगत बन जारा जियो तू सच्चा साहो भगत बन जारा जियो हर तन रा सचवा पारा 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 जियो नानक सद बलहारा जियो नानक सद बलहारा जियो नानक सद बलहारा जियो मित प्यारे जियो सुन सुन साजन मन 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 मित प्यारे जियो वाहेगुरु जी का खालसा वाहेगुरु जी की फतेह सत्संग जी वाहेगुरु जी का खालसा वाहेगुरु जी की फतेह मारती सुजुकी परिवार वालों साहिब श्री गुरु नानक देव जी दे 550 साले नूं समर्पित प्रोग्राम बच्चों का जिहड़ा करवाया जा रहा है इस दे विच जिस बच्चे ने नाम नहीं भी लिखाया वो लिखा सकता है साढ़े को 10 मिनट का टाइम है एक दो बच्चा अपना ना बट कंडीशन है
एक बच्चे वास्ते दो या तीन मिनट का टाइम है, जे वो शब्द पढ़ते हैं तो सत या अठ मिनट का टाइम है। पग का कंपीटिशन भी बाहर बच्चों का है, दस मिनटा बाद असी शुरू करना है। बच्चों के जो प्राइज ने फर्स्ट सैकेंड थर्ड, वो इत्थे अलाउंस तो बाद एक मोमेंटो दिता जाएगा साहब श्री गुरु नानक देव जी का, जो 500 साल इन समर्पित। एक बेनती होर है, जे किसी बच्चे ने ना लिखाया हो, साढ़े को शायद ना लिखा हो, अपना कन्फर्म कर सकते ने पिछे। दूजी बेनती एक होर भी है सतसंग जी, हो सकता है असी किसी के मैसेज किसी को ना पहुंचा होए या साढ़े नाल गलबात हुई होए, वट्सएप से साढ़े को नंबर आया होए, असी ना नोट किया होए, तां भी बेनती है कि दुबारे ते आप कन्फर्म कर लैन। जे नहीं भी लिखाया साढ़े को पहला, हुण भी लिखा सकते हो। इस बच्चों के प्रोग्राम तो बाद कीर्तन भाई जगदीश सिंह जी बिविया ने एक घंटे वास्ते करना है 12 to 1। सतसंग जी बेनती है, ये जिहड़ा बच्चों नूं असी सोच रहे हैं कि साड़ी पनीरी जिहड़ी वो साढ़े गुरबाणी नाल जुड़े, जत्थे बाहरों आ सकते ने, बहुत आते ने, बुला सकते ने, पर एक बेनती है मारुती सुजुकी परिवार वालों भी जिहड़ी साड़ी पनीरी है वो साड़े विरसे नाल जुड़े, गुरबाणी नाल जुड़े। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। हुण तुहाडे सामने मन्नत कौर एक कविता पेश कर रही है जी। वाहिगुरु जी का खालसा, वाहिगुरु जी की फतेह। गुरु प्यारी साध संगत जी, मेरी कविता दा विषय है सच्चे साहिब सतगुर नानक। सच्चे साहिब सतगुर नानक जगनु तारन हारे, सच्चे साहिब सतगुर नानक जगनु तारन हारे, तेरे दर ते सिजदा कर दे सूरज चांद सितारे, तेरे दर ते सिजदा कर दे सूरज चांद सितारे, तेरे नूरी पग जिना ने मानव तारशनाई, तेरे नूरी पग जिना ने मानव तारशनाई, कर सकदी ए कलम कवि दी किवें तेरी वड्याई, कर सकदी कलम कवि दी किवें तेरी वड्याई, जिसनु नाम दी रंगन चाड़ी लथी नहीं दोबारा, जिसनु नाम दी रंगन चाड़ी लथी नहीं दोबारा, पत्थर नु पारस कर देवे तेरा एक इशारा, पत्थर नु पारस कर देवे तेरा एक इशारा, तेरे नाम सरोवर अंदर जिना डूबी मारी, तेरे नाम सरोवर अंदर जिना डूबी मारी, ओ कावा तो हंस बन गए वा सच्चे उपकारी, ओ कावा तो हंस बन गए वा सच्चे उपकारी, सुनया चंदन लागे रह के बांस सुगंध ना होई, सुनया चंदन लागे रह के बांस सुगंध ना होई, पर तेरे शब्दा पर दित्ती कण कण विच खुशबोई, पर तेरे शब्दा पर दित्ती कण कण विच खुशबोई, अजदी साईस चंद्रमा तक बेशक अपड़ जावे, अजदी साईस चंद्रमा तक बेशक अपड़ जावे, पर तेरे दिल दी डूंगाई इस तो मिनी न जावे, पर तेरे दिल दी डूंगाई इस तो मिनी न जावे, इस दुनिया नू जेड़ी मस्ती सतगुर तू वरताई, इस दुनिया नू जेड़ी मस्ती सतगुर तू वरताई, ओ मस्ती मैं खाने विच भी मैनू नजर ना आई, ओ मस्ती मैं खाने विच भी मैनू नजर ना आई, जेड़ा बंदा तेरे दर दी धूड़ी मस्त कलावे, जेड़ा बंदा तेरे दर दी धूड़ी मस्त कलावे, उस बंदे तो सारी कुदरत सदवल हारे जावे, उस बंदे तो सारी कुदरत सदवल हारे जावे। वाहिगुरु जी का खालसा, वाहिगुरु जी की फतेह। बोले सो निहाल सत श्री अकाल। वाहिगुरु जी का खालसा, वाहिगुरु जी की फतेह। हुन चहक ते शगुन कल तार गुरु नानक आया शब्द पढ़नगे, ते नाल हरमेहर सिंह ते नील तबले दी सेवा संभालनगे। वाहिगुरु जी का खालसा, वाहिगुरु जी की फतेह।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਚਪ੍ਰੀਤ ਸਿੰਘ ਅਤੇ ਨਵਨੀਤ ਕੌਰ ਕਵਿਤਾ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਚਪ੍ਰੀਤ ਸਿੰਘ। ਮੇਰਾ ਨਾਮ ਨਵਨੀਤ ਕੌਰ। ਅੱਜ ਅਸੀਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੇ ਹਾਂ, ਜਿਹਦਾ ਨਾਮ ਹੈ ਆਗਮਨ ਸ੍ਰੀ ਗੁਰੂ ਨਾਨਕ ਦਾ। ਪੂਰਨ ਮਾਸੀ ਸੀ ਕੱਤਕ ਦੀ, ਲੋਕ ਕਹਿੰਦੇ ਲੱਖਾਂ ਚਾਨਣਾਂ ਦਾ ਅੱਜ ਤੂਫਾਨ ਆਇਆ। ਮਾਤਾ ਤ੍ਰਿਪਤਾ ਦੀ ਭਰ ਕੇ ਗੋਦ ਕਹਿੰਦੇ ਪਿਤਾ ਕਾਲੂ ਦੇ ਘਰ ਇੱਕ ਬਾਲ ਆਇਆ। ਸੁਣੀ ਪੁਕਾਰ ਅਕਾਲ ਨੇ ਧਰਤ ਵਾਲੀ, ਭੇਜਿਆ ਜਗ ਵਿੱਚ ਸੀ ਇੱਕ ਨੂਰ ਨਾਨਕ। ਹਨੇਰੇ ਦਿਲਾਂ ਵਿੱਚ ਜੋਤ ਜਗਾਉਣ ਆਇਆ, ਨਾਨਕ ਨਾਮ ਦੇ ਨਾਲ ਭਰਪੂਰ ਨਾਨਕ। ਰਹਿੰਦੇ ਸਦਾ ਹੀ ਰੱਬ ਦਾ ਨਾਮ ਜਪਦਾ, ਕੋਈ ਉੱਚਾ ਹੈ ਪੀਰ ਮਹਾਨ ਆਇਆ। ਰੱਖ ਦੁਨੀਆ ਨੂੰ ਪਾਸੇ ਸੌਦਾ ਕਰਦਾ ਹੈ ਸੱਚਾ, ਦੀਨ ਦੁਨੀਆ ਦੇ ਦੁੱਖ ਮਿਟਾਉਣ ਆਇਆ। ਚੱਕੀ ਪੀਸ ਕੇ ਬਾਬਰ ਦੀ ਜੇਲ ਅੰਦਰ, ਕਹਿੰਦੇ ਰੱਬ ਨੂੰ ਰੱਬ ਮਿਲਾਉਣ ਆਇਆ। ਸਤਨਾਮ ਦਾ ਗਲੀ ਗਲੀ ਦੇਵੇ ਹੋਕਾ, ਮੇਰਾ ਨਾਨਕ ਹੈ ਦੁਨੀਆ ਬਚਾਉਣ ਆਇਆ। ਸਾਨੂੰ ਪੂਲਣਾ ਨੂੰ ਰਾਹੇ ਪਾਉਣ ਤੇ ਲਈ, ਦੂਰੋਂ ਆਈ ਜਬਾਨੀ ਸੁਣਾਉਣ ਆਇਆ। ਸਾਡੇ
ਵਿੱਚ ਜੋਤ ਜਗਾਉਣ ਆਇਆ, ਸਾਡੇ ਦਿਲਾਂ ਵਿੱਚ ਜੋਤ ਜਗਾਉਣ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੱਚੀ ਹਰਸਿਮਰਨ ਕੌਰ ਇੱਕ ਬਾਬਾ ਅਕਾਲ ਰੂਪ ਸ਼ਬਦ ਪੜੇਗੀ ਤੇ ਨਾਲ ਹਰਮੇਹਰ ਸਿੰਘ ਤੇ ਨੀਲ ਤਬਲੇ ਦੀ ਸੇਵਾ ਸੰਭਾਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਗੁਜ਼ਾਰ ਬਾਬੀ ਮਰਦਾ
ਬੀ ਮਰਦਾਨਾ ਦੂਜਾ ਰਬਾ ਬੀ ਮਰਦਾਨਾ ਦੂਜਾ ਰਬਾ ਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾ ਫਕੀਰ ਵਡਾ ਮਸਤਾਨਾ ਵਿਖੇ ਧਿਆਨ ਲਗਾਇ ਕਰ ਇੱਕ ਫਕੀਰ ਵਡਾ ਮਸਤਾਨਾ ਪੁੱਛਿਆ ਫਿਰ ਕੈ ਦਸਗੀਰ ਕੌਣ ਫਕੀਰ ਕਿਸਕਾ ਕਰ ਹਾਨਾ ਪੁੱਛਿਆ ਫਿਰ ਫਕੀਰ ਕਿਸਕਾ ਕਰੇ ਹਾਨਾ ਕੌਣ ਫਕੀਰ ਕਿਸਕਾ ਕਰੇ ਹਾਨਾ ਕੌਣ ਫਕੀਰ ਕਿਸਕਾ ਕਰੇ ਹਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਤਿਆਂ ਕਾਸ ਚਾਹਤੇ ਸਜਾਨਾ ਤਤਿਆਂ ਕਾਸ ਚਾਹਤੇ ਸਜਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾ ਬੀ ਮਰਦਾਨਾ ਦੂਜਾ ਰਬਾ ਬੀ ਮਰਦਾਨਾ ਦੂਜਾ ਰਬਾ ਬੀ ਮਰਦਾਨਾ ਦੂਜਾ ਰਬਾ ਬੀ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾ ਬੀ ਮਰਦਾਨਾ ਦੂਜਾ ਰਬਾ ਬੀ ਮਰਦਾਨਾ ਦੂਜਾ ਰਬਾ ਬੀ ਮਰਦਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਬੱਚਾ ਹਰਸ਼ਪ੍ਰੀਤ ਸਿੰਘ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਆ ਜਾ ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਤੂੰ ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਐਸਾ ਡੁੱਬਿਆਂ ਨੂੰ ਤਾਰਿਆ ਤੂੰ ਆਕੜ ਪੰਨੀ ਦਾਤਾ ਬਾਬਰ ਸਰਕਾਰ ਦੀ ਤੂੰ ਆਕੜ ਪੰਨੀ ਦਾਤਾ ਬਾਬਰ ਸਰਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਪਰਬਤ ਨੂੰ ਪੰਜਾ ਲਾ ਕੇ ਡਿੱਗਦਾ ਅਟਕਾ ਲਿਆ ਪਰਬਤ ਨੂੰ ਪੰਜਾ ਲਾ ਕੇ ਡਿੱਗਦਾ ਅਟਕਾ ਲਿਆ ਵਲੀਆ ਤੇ ਵਲਛਲ ਕਰਕੇ ਰਾਹੇ ਪਾ ਲਿਆ ਤੇਰੀ ਬਾਣੀ ਵਿੱਚ ਬਾਬਾ ਹਰ ਗੱਲ ਵਿਚਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਤੇਰੀ ਦੀਰ ਦੇ ਖਾਤਿਰ ਅੱਖੀਆਂ ਮਜ਼ਬੂਰ ਨੇ ਸਾਰੀ ਦੀ ਸਾਰੀ ਸੰਗਤ ਤੈਨੂੰ ਵਾਜਾ ਮਾਰਦੀ ਸਾਰੀ ਦੀ ਸਾਰੀ ਸੰਗਤ ਤੈਨੂੰ ਵਾਜਾ ਮਾਰਦੀ ਸਤਿਗੁਰੂ ਨਾਨਕ ਆ ਜਾ ਸੰਗਤ ਪਈ ਪੁਕਾਰਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੇਨਤੀ ਹੈ ਦੀਆ ਪਤਰਾ ਮਨ ਸਦਕ ਨਮਨਪ੍ਰੀਤ ਕੌਰ ਹਰਕੀਰਤ ਸਿੰਘ ਨਵਦੀਪ ਕੌਰ ਇਸ ਸਟੇਜ ਦੇ ਪਿੱਛੇ ਆ ਜਾਣ ਇਸ ਤੋਂ ਬਾਅਦ ਇਹਨਾਂ ਦੀ ਵਾਰੀ ਆਏਗੀ ਹੁਣ ਤੁਹਾਡੇ ਸਾਹਮਣੇ ਵਰੁਣਦੀਪ ਕੌਰ ਸ਼ਬਦ ਪੜ੍ਹਨ ਜਾ ਰਹੀ ਹੈ ਤੇ ਨਾਲ ਹਰਮੇਹਰ ਸਿੰਘ ਤਬਲੇ ਦੀ ਸੇਵਾ ਸੰਭਾਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਦੁੱਖ ਬੇਦਾਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਦੀਆ ਬੱਤਰਾ ਬੱਚੀ ਤੁਹਾਡੇ ਸਾਹਮਣੇ 10 ਗੁਰੂ ਸਾਹਿਬ ਦੇ ਨਾਮ ਦੱਸੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਆ ਬੱਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪਕੋ 10 ਗੁਰੂ ਕੇ ਨਾਮ ਸੁਣਾਉਣ ਜਾ ਰਹੀ ਹੂੰ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ, ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ, ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ, ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ, ਛੱਠੀ ਪਾਤਸ਼ਾਹੀ ਗੁਰੂ ਹਰਗੋਬਿੰਦ ਸਿੰਘ ਜੀ, ਸੱਤਵੀਂ ਪਾਤਸ਼ਾਹੀ ਗੁਰੂ ਹਰਿ ਰਾਇ ਜੀ, ਅੱਠਵੀਂ ਪਾਤਸ਼ਾਹੀ ਗੁਰੂ ਹਰਿਕ੍ਰਿਸ਼ਨ ਜੀ, ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ, ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਹਾਡੇ ਸਾਹਮਣੇ ਕਾਕਾ ਮਨ ਸਿਦਕ ਥਿਰਖਰ ਬੈਸੋ ਸ਼ਬਦ ਪੜੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥਿਰਖਰ ਬੈਸੋ ਅਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ,
दुष्ट दूत परमेश्वर मारे जन की पैज रखी करता रे बादशाह सबस कर दीने अमृत नाम महाने निर्पोए पर जो भगवान साध संगत में लेखी नो दान शरण परे प्रभ अंतर जामी नान ओट पकड़ी पर स्वामी थिर कर बैसो अर्जन प्यारे सतगुर तुमरे काज सवारे वाहेगुरु जी का खालसा वाहेगुरु जी की फतेह बोले तो निहाल बोले तो निहाल श्री अकाल वाहेगुरु जी का खालसा वाहेगुरु जी की फतेह हुण तुहाडे सामने छोटी जी बच्ची दिवरीत कौर मूल मंत्र साहिब दा जाप करेगी जी वाहेगुरु जी का खालसा वाहेगुरु जी की फतेह बोले सोनिहाल बोले बोले सोनिहाल वाहेगुरु जी का खालसा वाहेगुरु जी की फतेह साध संगत जी बेनती है रोहनप्रीत सिंह ते स्नेहदीप कौर कृपा करके स्टेज दे पीछे आ जाओ जी हुण तुहाडे सामने नमनप्रीत कौर कविता पेश करन जा रही है वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह मेरा नाम नमनप्रीत कौर है आज मैं थोनू सिंगा तू दस्तार सजा ले सिंगा तू दस्तार सजा ले बर्दी पांच ककार दी पाल है केसा दी ना करी बर्बादी धार्मिक परण दा मता पगाल है सच्चे रब नाल बापू तेरा कलंगी तर है बापू वाली शक्ल बना ले नशिया को जान छुड़ा ले सिंगा तू दस्तार सजा ले वाहेगुरु जी का खालसा वाहेगुरु जी वाहेगुरु जी का खालसा वाहेगुरु जी की फतेह हरकीरत सिंह हुण तुहाडे सामने कविता पेश कर रहा है वाहेगुरु जी का खालसा वाहेगुरु जी की फतेह मेरी कविता दा सरलेख है पीर नानक रुतबे शाहां ते रख दे जग उत्ते रुतबे शाहां ते रख दे जग उत्ते तेरे बूहे ते जेड़े फकीर नानक पक्की सनद है स्वर्ग दे वास्ते ए तेरी गोदड़ी दी पाटी लीर नानक भला बंदे हकीकत की रख दे ने भला बंदे हकीकत की रख दे ने कड्डे पत्थरां विच्चों नीर नानक पाया इक ओंकार दे राह सिद्धे पाके इक दे इक लकीर नानक जेड़े जेड़े सन जुल्म कमोण वाले जेड़े जेड़े सन जुल्म कमोण वाले तुसां कर दित्ते सिद्धे तीर नानक जलवे नूर दे वेग दा रहा हरदम
ਵਸੇ ਅੱਖੀਆਂ ਵਿੱਚੋਂ ਤਸਵੀਰ ਨਾਨਕ, ਵਸੇ ਅੱਖੀਆਂ ਵਿੱਚੋਂ ਤਸਵੀਰ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਾ ਰੋਹਨਪ੍ਰੀਤ ਸਿੰਘ ਜੇ ਕਿਤੇ ਹੈ ਤਾਂ ਪਲੀਜ਼ ਪਿੱਛੇ ਆ ਜਾਓ ਇੱਕ ਵਾਰੀ ਇੱਥੇ। ਹੁਣ ਤੁਹਾਡੇ ਸਾਹਮਣੇ ਨਵਦੀਪ ਕੌਰ 10 ਗੁਰੂ ਸਾਹਿਬਾਂ ਦੇ ਨਾਮ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਫਤਿਹ, ਵਾਹਿਗੁਰੂ ਜੀ ਕਾ ਖਾਲਸਾ। ਪਹਿਲੇ ਗੁਰੂ ਨਾਨਕ ਦੇਵ ਜੀ, ਦੂਜੇ ਗੁਰੂ ਅੰਗਦ ਦੇਵ ਜੀ, ਤੀਜੇ ਗੁਰੂ ਅਮਰਦਾਸ ਜੀ, ਚੌਥੇ ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ ਅਰਜੁਨ ਦੇਵ ਜੀ, ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ, ਸੱਤਵੇਂ ਗੁਰੂ ਹਰ ਰਾਏ ਜੀ, ਅੱਠਵੇਂ ਗੁਰੂ ਹਰਗੋਬਿੰਦ ਜੀ, ਨੌਵੇਂ ਗੁਰੂ ਹਰ ਤੇਗ ਬਹਾਦਰ ਜੀ, ਦਸਵੇਂ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ। ਸਤਨਾਮ ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਛੋਟੀ ਜੀ ਬੱਚੀ ਨਿਆਮਤ ਕੌਰ ਮੂਲ ਮੰਤਰ ਸਾਹਿਬ ਦਾ ਜਾਪ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ ਕਰਤਾ ਪੁਰਖ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੱਚੀ ਸਨੇਹਦੀਪ ਕੌਰ ਮੂਲਮਤ ਸਾਹਿਬ ਦਾ ਜਾਪ ਕਰਨਗੇ। ਏਕੰਕਾਰ ਸਤਨਾਮ ਕਰਤਾ ਪੁਰ, ਅਕਾਮੁਰਤ ਅਜੂਨੀ ਪੰਗ, ਗੁਰ ਪ੍ਰਸ਼ਾਦ ਜਪ ਆਜ ਸਚ, ਜੁਗਾਜ ਸਚ ਹੈਪੀ ਸਚ, ਨਾਨਕ ਹੋਸੀ ਵੀ ਸਚ। ਬੋਲੇ ਸੋਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਜਿਹੜੇ ਬੱਚਿਆਂ ਨੇ ਸ਼ਬਦ ਪੜ੍ਹਿਆ, ਕੀਰਤਨ ਕੀਤਾ, ਕਵਿਤਾ ਪੜ੍ਹੀ ਹੈ, ਇੱਥੇ ਆ ਕੇ ਬੈਠ ਜਾਓ। ਹੁਣ ਪਾਰਟੀਸਪੇਸ਼ਨ ਪ੍ਰਾਈਜ਼ ਦਿੱਤੇ ਜਾਣਗੇ, ਉਸ ਤੋਂ ਬਾਅਦ ਫਸਟ ਸੈਕਿੰਡ ਥਰਡ ਵਿਨਰਸ ਨੂੰ ਪ੍ਰਾਈਜ਼ ਦਿੱਤੇ ਜਾਣਗੇ। ਬੱਚੇ ਨੀਚੇ ਬੈਠ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਪਾਰਟੀਸਪੇਸ਼ਨ ਪ੍ਰਾਈਜ਼ ਦਿੱਤੇ ਜਾਣਗੇ। ਬੱਚਿਆਂ ਨੂੰ ਬੇਨਤੀ ਹੈ, ਵਾਰੀ ਵਾਰੀ ਕਰਕੇ ਮੱਥਾ ਟੇਕਣਗੇ ਗੁਰੂ ਸਾਹਿਬ ਅੱਗੇ ਤੇ ਆ ਕੇ ਆਪਣਾ ਆਪਣਾ ਪ੍ਰਾਈਜ਼ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਨਿਊ ਕਲੋਨੀ ਗੁਰਦੁਆਰਾ ਸਾਹਿਬ ਚ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਏ ਨੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ। ਬਾਕੀ ਬੱਚੇ ਕਿਰਪਾ ਕਰਕੇ ਇੱਥੇ ਬੈਠ ਜਾਓ, ਬੈਠ ਜਾਓ ਬੱਚੇ। ਸ਼ਬਦ ਵਿੱਚ ਪਹਿਲਾ ਇਨਾਮ ਚਹਿਕ ਸ਼ਗੁਨ ਹਰਮੇਹਰ ਸਿੰਘ ਤੇ ਨੀਲ ਨੂੰ ਦਿੱਤਾ ਜਾ ਰਿਹਾ ਹੈ। ਬੱਚੋ ਪਹਿਲਾਂ ਮੱਥਾ ਟੇਕਣਾ, ਫਿਰ ਆ ਕੇ ਆਪਣਾ ਇਨਾਮ ਲੈਣਾ। ਬੋਲੇ ਸੋਨਿਹਾਲ। ਦੂਜਾ ਇਨਾਮ ਮਸਕੀਨ ਕੌਰ ਗੁਰਮਨ ਕੌਰ ਹਰਮੇਹਰ ਸਿੰਘ ਹਰਕੀਰਤ ਸਿੰਘ। ਬੱਚੋ ਪਹਿਲਾਂ ਮੱਥਾ ਟੇਕਣਾ, ਫਿਰ ਆ ਕੇ ਆਪਣਾ ਇਨਾਮ ਲੈਣਾ।
ਇਨਾਮ ਦਿਵਲੀਨ ਕੌਰ, ਜਸਕਰਨ ਸਿੰਘ, ਹਰਕੀਰਤ ਸਿੰਘ ਤੇ ਨੀਲ। बोले सोनिहाल। हुण कविता विचो सब तो पहला इनाम मन्नत कौर। पहला इनाम मन्नत कौर। दूसरा इनाम विरलीन कौर। कविता विच दूसरे नंबर ते हैं विरलीन कौर। तीसरे नंबर ते हन सचप्रीत सिंह अते नवनीत कौर। बोले सोनिहाल। बोले बोले सोनिहाल। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। ये जिहड़े बच्चों फर्स्ट सैकेंड थर्ड प्राइज दिए गए ने न्यू कलोनी, इन्हां दे गुरु इन्हां नूं तैयार करके लियाए ने, मुबारक बहुत बहुत मेहनत की है। पर हुण जिहड़े बच्चे नहीं सीख रहे, अपने घरां तों अपने माँ प्यो तों सीख के आए ने, उन्हां बच्चों वास्ते असी अलग तो फर्स्ट सैकेंड थर्ड किया, क्योंकि उन्हां दी जो प्रैक्टिस है वह नहीं हो सकती। तो इस करके जिहड़े अदर बच्चे ने उन्हां वास्ते फर्स्ट प्राइज आ रहा वर्णप्रीत कौर नूं। बोले ਅਕਾਲ। ਤੇ ਸੈਕਿੰਡ ਪ੍ਰਾਈਜ ਆ ਰਿਹਾ ਸਰਨਦੀਪ ਕੌਰ। ਸਰਨਦੀਪ ਨਹੀਂ ਹੈ ਬੱਚਾ, ਸਨੇਹਦੀਪ ਕੌਰ ਨਹੀਂ ਹੈ। ਤੀਜਾ ਜਾ ਰਿਹਾ ਹਰਕਿਰਤ ਸਿੰਘ ਨੂੰ। ਹਰਕਿਰਤ ਸੋਨਿਹਾਲ।
ਸਨੇਹਦੀਪ ਕੌਰ ਦੇ ਅਗਰ ਪੇਰੈਂਟਸ ਇੱਥੇ ਹੋਣ ਉਹ ਆਪਣੇ ਬੱਚੇ ਦਾ ਪ੍ਰਾਈਜ਼ ਲੈ ਸਕਦੇ ਨੇ। ਆ ਗਏ ਸੈਕਿੰਡ ਪ੍ਰਾਈਜ਼। ਬੋਲੇ ਸੋਨਿਆਲ, ਸਾਧਸੰਗ ਜੀ ਪੱਗ ਕੰਪੀਟੀਸ਼ਨ ਦੇ ਜੋ ਬੱਚੇ ਜਿਨ੍ਹਾਂ ਨੇ ਬਾਹਰ ਪੱਗ ਬੰਨੀ ਹੈ ਉਹ ਬੱਚੇ ਆ ਰਹੇ ਨੇ, ਪਲੀਜ਼ 5 ਮਿੰਟ ਆ ਵੇਟ ਕਰਨ, ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਜਾਣਗੇ। ਉਸ ਤੋਂ ਬਾਅਦ ਕੀਰਤਨੀ ਜਥਾ ਲਗਭਗ 1.5 ਘੰਟੇ ਵਾਸਤੇ ਸੰਗਤਾਂ ਨੂੰ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਨ ਖੋਜਤ ਫਿਰਤ ਬੇਰਾਗ
ਜਾਗੀ ਬਨ ਬਨੇ ਖੋਜਤ ਫਿਰਤ ਬੈਰਾਗੀ ਬੀਰਲੀ ਕਾਹੂ ਇਕਲੀ ਬਲਾਗੀ ਬੀਰਲੀ ਕਾਹੂ ਇਕਲੀ ਬਲਾਗੀ ਜਿਨ ਹਰ ਪਾਇਆ ਸੀ ਵੱਡ ਪਾਗੀ ਜਿਨ ਹਰ ਪਾਇਆ ਸੀ ਵੱਡ ਪਾਗੀ ਹੈ ਕੋਈ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਬ੍ਰਹਮਾਦਿਕ ਸਨਕਾਦਿਕ ਚਾਹੇ ਬ੍ਰਹਮਾਦਿਕ ਸਨਕਾਦਿਕ ਚਾਹੇ ਜੋਗੀ ਜਤੀ ਸਿੱਧ ਹਰਿਆ ਹੈ ਜੋਗੀ ਜਤੀ ਸਿੱਧ ਹਰਿਆ ਹੈ ਜਿਸ ਹੀ ਪ੍ਰਾਪਤ ਸੋ ਹਰ ਗੁਣ ਗਾਹੇ ਜਿਸ ਹੀ ਪ੍ਰਾਪਤ ਸੋ ਹਰ ਗੁਣ ਗਾਹੇ ਹੈ ਕੋਈ ਹੈ ਕੋਈ ਹੈ ਕੋਈ ਹੈ ਕੋਈ ਰਾਮ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਤਾਂ ਕੀ ਸਰਨ ਜਿਨ ਬਿਸਰਤ ਨਾਹੀ ਤਾਂ ਕੀ ਸਰਨ ਜਿਨ ਬਿਸਰਤ ਨਾਹੀ ਵੱਟ ਮਰਨ ਤੀ ਮੂਲੀ ਨਾਹੀ ਜਨਮ ਮਰਨ ਤੀ ਮੂਲੀ ਨਾਹੀ ਹੈ ਕੋਈ ਹੈ ਕੋਈ ਹੈ ਕੋਈ ਹੈ ਕੋਈ ਰਾਮ ਪਿਆਰੂ ਪਿਆਰੂ ਗਾਵੇ ਰਾਮ ਪਿਆਰੂ ਗਾਵੇ ਕਰ ਕਿਰਪਾ ਮਿਲ ਪ੍ਰੀਤਮ ਪਿਆਰੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੀ ਬਿਨਾ ਸੁਨੋ ਪ੍ਰਭ ਨਾਨਕ ਮੰਗਤੇ ਨਾਮੀ ਅਧਾਰੇ ਨਾਨਕ ਮੰਗਤੇ ਨਾਮੀ ਅਧਾਰੇ ਹੈ ਕੋਈ ਹੈ ਕੋਈ ਹੈ ਕੋਈ ਹੈ ਕੋਈ ਰਾਮ ਪਿਆਰੂ ਰਾਮ ਪਿਆਰੂ ਗਾਵੇ ਰਾਮ ਪਿਆਰੂ
खालसा वाहिगुरु जी की फतेह। वाहिगुरु जी का खालसा वाहिगुरु जी की फतेह। सत्संग जी, एक बच्चा रहा सुखमन कौर जिसने एक मिनट का शब्द बोलना है, उस तो बाद जिहड़ा पग का कंपीटीशन फर्स्ट सैकंड थर्ड के प्राइज जिहड़े वो अनाउंस किए जाएंगे। वाहे गुरु वाहे गुरु वाहे गुरु वाहे गुरु, जद गुरु अर्जन बोले उचाए, सुख मन कोई, चिल मिल नूर ज्ञान की गंगा, आत्म रस ले सोई, नी बहसी मैं रोई नी मैं रोई, अज तारे तक दी नू तारे जिटी होई, सच खंडा पर जाप है जिथे, सहज खंडा जाप है जिथे, सच खंडा पर जाप है जिथे, सहज खंडा जाप है जिथे, पूरन पातशाह आप है जिथे, स्वरण पानिया बिच नहाता, कायनात का सांझा घर है, सुख मन अमृत सर है, सुख मन अमृत सर है, सुख मन सुखमनी। वाहे गुरु वाहेगुरु जी का खालसा वाहेगुरु जी की फतेह। बोले सोनिया, बोले सोनिया, पग कंपीटीशन दे विच जिहड़े जिहड़े बच्चे ने हिस्सा लिया, पार्टिसिपेशन इनाम उन्हां दा जसमीत सिंह, इंद्रपाल सिंह, तरनजीत सिंह, अमरिंदर सिंह, ये बच्चे स्टेज ते आ जान। जसमीत सिंह, इंद्रपाल सिंह, तरनजीत सिंह, अमरिंदर सिंह, साह संगत जी, गल ए नहीं है कि पग कहो जी बननी है, गल ए है कि पग बनन दा चाह है, कंपीटीशन के विच हिस्सा लेता, ये बहुत बड़ी गल है। बोले सोनियाल, हुण जिहड़े फर्स्ट सैकंड थर्ड ने, फर्स्ट है अरमान सिंह सगू, बोले सोनियाल, सेकंड है सरबजीत सिंह। सत्संग जी, बच्चे का हौसला देखो, उम्र देखो, ये पग नाल जिनी जद्दोजहद कर रहा सी ते सेकंड भी आया। सरबजीत सिंह बोले सोनियाल, ते थर्ड प्राइज आंदा है सुचेत सिंह। सत्संग जी, हुण कीर्तनी जथा भाई जगदेव सिंह जी बिविया
ਮਾਫੀ ਚਾਹਾਂਗੇ, ਇੱਕ ਘੰਟੇ ਦਾ ਟਾਈਮ ਸੀ ਪਰ 45 ਮਿੰਟ ਭਾਈ ਜਗਦੀਸ਼ ਸਿੰਘ ਬੀਬੀਆ ਜੀ ਨੂੰ ਅਸੀਂ ਚਾਹਾਂਗੇ ਕਿ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨ, ਅਤੇ ਜਿਨ੍ਹਾਂ ਦੇ ਬੱਚਿਆਂ ਨੇ ਇਸ ਦੇ ਵਿੱਚ ਹਿੱਸਾ ਲਿੱਤਾ, ਪਾਰਟੀਸਪੇਸ਼ਨ ਕੀਤਾ ਕਵਿਤਾ ਗੁਰਬਾਣੀ ਪੱਗ ਦੇ ਵਿੱਚ, ਬਹੁਤ ਬਹੁਤ ਮੁਬਾਰਕਾਂ ਉਹਨਾਂ ਮਾਂ ਪਿਓ ਨੂੰ ਜਿਨ੍ਹਾਂ ਦੇ ਬੱਚਿਆਂ ਨੇ ਇਹ ਪ੍ਰਾਈਜ਼ ਜਿੱਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਆਪਣਾ ਲਾਈਵ ਪ੍ਰੋਗਰਾਮ ਚੱਲ ਰਿਹਾ ਹਰ ਜਸ ਲਾਈਵ ਤੋਂ, ਭਾਈ ਸਰਬਜੀਤ ਸਿੰਘ ਨੂੰ ਅਸੀਂ ਇੱਕ ਆਪਣੀ ਫੈਮਿਲੀ ਵੱਲੋਂ ਇੱਕ ਮੋਮੈਂਟੋ ਦੇ ਰਹੇ ਹਾਂ, ਕਈ ਸਾਲਾਂ ਤੋਂ ਲਗਾਤਾਰ ਆ ਰਹੇ ਨੇ, ਅਤੇ ਇੱਕ ਜਿਹੜਾ ਲਾਈਵ ਜਿਹੜਾ ਆਪਣਾ ਸਕਰੀਨ 'ਤੇ ਕਰ ਰਿਹਾ ਮੁੰਡਾ ਭਾਰਤ, ਇਹ ਪੰਜਾਬੀ ਸਿੱਖਣ ਦੀ ਵੀ ਕੋਸ਼ਿਸ਼ ਕਰ ਰਿਹਾ, ਦੋਨਾਂ ਨੂੰ ਇੱਕ ਮੋਮੈਂਟੋ ਦੇ ਰਿਹਾ ਮਾਰੂਤੀ ਸੁਜ਼ੂਕੀ ਫੈਮਿਲੀ ਵੱਲੋਂ 550 ਸਾਲ ਦਾ। ਪਲੀਜ਼ ਉਹ ਕੁਲੈਕਟ ਕਰ ਲੈਣ। ਸਰਬਜੀਤ ਸਿੰਘ ਜੀ, ਹਰ ਜਸ ਲਾਈਵ ਜਿਹੜਾ ਯੂਟਿਊਬ 'ਤੇ ਲਾਈਵ ਚੱਲ ਰਿਹਾ, ਇਸ ਪ੍ਰੋਗਰਾਮ ਨੂੰ ਆਪ ਕਦੇ ਵੀ ਦੇਖ ਸਕਦੇ ਹੋ, 2 ਦਿਨ ਬਾਅਦ, 4 ਦਿਨ ਬਾਅਦ, 6 ਮਹੀਨੇ ਬਾਅਦ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।